वॉचिंग NC7 न्यूज हर खबर ते नजर। ਬਠਿੰਡਾ ਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਬਾਰ ਐਸੋਸੀਏਸ਼ਨ ਦੇ ਆਗੂ ਨਵਦੀਪ ਜੀਤਾ ਦੀ ਟ੍ਰੈਫਿਕ ਪੁਲਿਸ ਨਾਲ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਅਜੀਤ ਰੋਡ ਨੂੰ ਵਨ ਵੇ ਕੀਤਾ ਹੋਇਆ ਸੀ। ਇਸ ਦੌਰਾਨ ਆਪ ਆਗੂ ਨੇ ਉਥੋਂ ਦੀ ਲੰਘਣ ਦੀ ਕੋਸ਼ਿਸ਼ ਕੀਤੀ ਤਾਂ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਉਨ੍ਹਾਂ ਨੂੰ ਜਾਣ ਤੋਂ ਰੋਕ ਦਿੱਤਾ, ਜਿਸ ਤੋਂ ਬਾਅਦ ਦੋਵਾਂ ਚ ਕਿਹਾ ਸੁਣੀ ਹੋ ਗਈ ਜੋ ਹੱਥੋਂ ਪਾਈ ਤੱਕ ਪਹੁੰਚ ਗਈ। ਆਪ ਆਗੂ ਦਾ ਦੋਸ਼ ਹੈ ਕਿ ਪਹਿਲਾਂ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਫਿਰ ਹੋਰ ਪੁਲਿਸ ਮੁਲਾਜ਼ਮਾਂ ਨੂੰ ਬੁਲਾ ਕੇ ਉਸ ਨਾਲ ਕੁੱਟਮਾਰ ਕਰਵਾਈ। ਲਹੂ ਲਹਾਨ ਹੋਏ ਜੀਤਾ ਦਾ ਦੋਸ਼ ਹੈ ਕਿ ਪੁਲਿਸ ਨੇ ਇਸੇ ਤਰ੍ਹਾਂ ਫਟੇ ਹਾਲ ਉਸ ਨੂੰ ਹਿਰਾਸਤ ਚ ਲੈ ਲਿਆ, ਜਦਕਿ ਆਪਣੇ ਮੁਲਾਜ਼ਮ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਮੁਲਾਜ਼ਮ ਖੜਾ, ਮੈਨੂੰ ਨਾਂ ਤਾਂ ਨਹੀਂ ਪਤਾ ਉਹਦਾ ਕੀ ਆ, ਉਹਦੇ ਕੰਨ ਨਾਲ ਫੋਨ ਲੱਗਿਆ ਸੀ। ਮੈਂ ਕਿਹਾ ਜੀ ਮੈਂ ਨਾ ਕਿੱਧਰ ਚੱਲਿਆ, ਮੈਂ ਕਿਹਾ ਮੈਂ ਜੀ ਕੋਹੂ ਦਾ ਟੱਪ ਜਾਣਾ, ਮੈਂ ਕਿਹਾ ਮੈਂ ਡਰੈਸਿੰਗ ਕਰਾਉਣੀ ਹੈ ਇੱਥੋਂ ਢਿੱਲੋਂ ਹੋਸਪਿਟਲ ਦੇ ENT ਦੇ, ਅਤੇ ਮੈਂ ਕਿਹਾ ਮੈਂ ਕਚਹਿਰੀ ਜਾਣਾ ਗਾ, ਅਤੇ ਕਹਿੰਦਾ ਤੁਹਾਨੂੰ ਦੀਦਾ ਨਹੀਂ ਵੀ ਐਡੇ ਐਡੇ ਬੋਰਡ ਲੱਗੇ ਹੋਏ ਆ। ਉਹ ਮੈਂ ਕਿਹਾ ਚੱਲ ਬਾਈ ਜੀ ਬੋਰਡ ਲੱਗੇ ਤਾਂ ਮੈਂ ਦੱਸ ਦਿਓ, ਮੈਂ ਜਾਵਾਂ ਕਿਹੜੇ ਪਾਸੇ ਦੀ, ਮੈਂ ਢਿੱਲੋਂ ਦੇ ਆਉਣਾ, ਮੈਂ ਕਿਹਾ ਮੈਂ ਨਹੀਂ ਦੱਸ ਦਿਓ ਕਿਹੜੇ ਪਾਸੇ ਦੀਆਂ ਵਾ। ਕਹਿੰਦਾ ਤੁਹਾਨੂੰ ਪਤਾ ਨਹੀਂ ਕਿਸੇ ਗੱਲ ਦਾ, ਕਹਿੰਦਾ 20 ਦਿਨ ਹੋ ਗਏ ਇਹੋ ਜਿਹਾ ਕੁਛ ਨਹੀਂ, ਤੁਹਾਨੂੰ ਹਜੇ ਪਤਾ ਲੱਗਦਾ, ਕੱਲ੍ਹ ਨੂੰ ਫੋਨ ਨਹੀਂ ਉਹਨੇ ਲਾਇਆ ਹੈਗਾ, ਉੱਧਰ ਵੀ ਗੱਲ ਕਰ ਬਾਈ ਜੀ ਇੱਕ ਮਿੰਟ ਰੋਕ ਕੇ ਫਿਰ ਮੈਂ ਗੱਲ ਕਰ ਵਧੀਆ। ਉਹ ਮੈਂ ਕਿਹਾ ਬਾਈ ਜੀ ਥੋੜ੍ਹਾ ਜਿਹਾ ਵੀ ਧਿਆਨ ਨਾਲ ਬੋਲੇ ਨਾ, ਇੱਕ ਬੁੱਲੀ ਨੇ ਕੀ ਹੋਣਾ, ਬਸ ਮੈਂ ਇੰਨੀ ਗੱਲ ਕਰੀ ਨਾ, ਉਹਨੇ ਇੱਕ ਮੁੱਕੀ ਮੈਂ ਨੇੜੇ ਖੜਾ ਜਮਾ ਹੈ, ਵੱਟ ਕੇ ਮੇਰੇ ਨੱਕ 'ਤੇ ਮਾਰੀ ਜੀ ਇੱਥੇ ਮੁੱਕੀ ਵੱਟ ਕੇ ਪੂਰੇ ਜ਼ੋਰ ਦੀ। ਮੈਂ ਜਦੋਂ ਪਿੱਛੇ ਜਿਹਾ ਹਟ ਗਿਆ, ਮੇਰੇ ਇੱਕਦਮ ਬਲੀਡਿੰਗ ਇੰਨੀ ਜ਼ਿਆਦਾ ਹੋਈ, ਘੱਟੋ ਘੱਟ ਬਹੁਤ ਜ਼ਿਆਦਾ, ਮੈਨੂੰ ਪਤਾ ਹੀ ਲੱਗਾ ਸਾਰੇ ਉੱਥੇ ਬਹੁਤ ਬਲੀ। ਮੈਂ ਬਹਿ ਗਿਆ ਥੱਲੇ, ਲੋਕਾਂ ਨੇ ਪਾਣੀ ਪੂਣੀ ਦਿੱਤਾ, ਰੁਮਾਲ ਮੂਲ ਫੜਾਏ, ਮੈਂ ਨੱਕ 'ਤੇ ਲਾ ਲਿਆ, ਹੋਰ ਕਰ ਲਿਆ, ਫਿਰ ਮੇਰੇ ਹੱਥੋਂ ਪਾਈ ਹੋਣ ਲੱਗ, ਮੇਰੇ ਹੱਥ ਲਿਬੜ ਲਿਆ ਆਪਦੇ ਵਰਦੀ ਦੇ, ਐਂ ਕਰਕੇ ਤਾਂ ਵਰਦੀ ਪਾੜ ਦੀ ਮੇਰੇ ਵਿਹਦੇ ਵਿਹਦੇ। ਉੱਥੇ ਫੋਨ ਮਾਰਤਾ, ਦੋ ਤਿੰਨ ਮੁਲਾਜ਼ਮ ਆ ਗਏ, ਦੋ ਤਿੰਨ ਸਿਵਲ ਸੀਗੇ ਬੰਦੇ, ਉਹਨਾਂ ਨੇ ਚੱਕ ਕੇ ਫਿਰ ਮੈਨੂੰ ਹਣੀ ਢਾਬੇ ਦੇ ਸਾਹਮਣੇ ਉੱਥੇ ਲਿਜਾ ਕੇ ਮੇਰੀਆਂ ਫਿਰ ਬਾਹਾਂ ਫੜਦੀਆਂ। ਆ ਫਿਰ ਕਾਫੀ ਉੱਥੇ ਆ ਦੇਖੋ, ਉਹ ਫੋਟੋਆਂ ਸਾਰੀਆਂ ਹੈਗੀਆਂ ਸਾਰੇ ਉੱਥੇ, ਕੀ ਕਿੱਥੇ ਕਿੱਥੇ ਹੁਣ ਉਹ ਬੰਦਾ ਕਹਿੰਦਾ ਮੈਂ ਤੁਹਾਨੂੰ ਮਾਰ ਕੇ ਛੱਡੂ, ਮੈਨੂੰ ਕਰੀ ਗਿਆ ਤੁਹਾਨੂੰ ਮਾਰ ਕੇ, ਪਤਾ ਨਹੀਂ ਕੀ ਉਹਦੇ ਭੂਤ ਸਵਾਰ ਹੋ ਗਿਆ, ਮੈਨੂੰ ਨਹੀਂ ਪਤਾ ਗਾ, ਮੇਰੀਆਂ ਬਾਹਾਂ ਫੜ ਲਈਆਂ, ਕਹਿੰਦਾ ਮੈਂ ਤੁਹਾਨੂੰ ਜਾਣ ਨਹੀਂ ਦਿੰਦਾ ਯਾਰ। ਮੈਂ ਕਿਹਾ ਬਾਈ ਜੀ, ਮੈਂ ਕਿਹਾ ਬਾਈ ਜੀ ਮੈਂ ਕਰਕੇ ਯਾਰ ਬਾਹਰ 'ਚ ਐਡਵੋਕੇਟ ਆ, ਕਹਿੰਦਾ ਜ਼ਿਲ੍ਹਾ ਜ਼ਿਲ੍ਹਾ ਪ੍ਰਧਾਨ, ਕਹਿੰਦਾ ਤੇਰੇ 20 ਤੁਰੇ ਫਿਰਦੇ, ਕਹਿੰਦਾ ਯਾਰ ਅਸੀਂ ਕਿਸੇ ਨੂੰ ਬੋਲਦੇ ਬੋਲਦੇ, ਕਹਿੰਦਾ 29 ਸੌ ਜ਼ਿਲ੍ਹਾ ਜ਼ਿਲ੍ਹਾ ਪ੍ਰਧਾਨ। ਕਹਿੰਦਾ ਉੱਧਰ ਟ੍ਰੈਫਿਕ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਉਸਨੇ ਜੀਤਾ ਦੇ ਨੱਕ ਤੇ ਮੁੱਕਾ ਨਹੀਂ ਮਾਰਿਆ, ਸਗੋਂ ਧੱਕੇ ਮੁੱਕੀ ਦੌਰਾਨ ਬੈਰੀਗੇਟ ਤੇ ਡਿੱਗਣ ਕਰਕੇ ਉਸਦੇ ਸੱਟ ਲੱਗ ਗਈ। ਬਾਕੀ ਉਹ ਆਪਣੇ ਅਹੁਦੇ ਦਾ ਰੋਪ ਪਾ ਰਿਹਾ ਸੀ, ਜਿਸ ਕਰਕੇ ਗੱਲ ਵਧੀ। ਮੇਰਾ ਨਾਂ ਰਣਜੀਤ ਸਿੰਘ ਹੌਲਦਾਰ ਆ ਜੀ। ਮਾਮਲਾ ਸਰ, ਅਜੀਤ ਰੋਡ ਆ ਜਿਹੜਾ ਨਾ ਬੰਨ ਵੇ ਕੀਤਾ ਹੋਇਆ ਕਈ ਦਿਨ ਤੋਂ, ਉੱਥੇ ਫਲੈਕਸੀ ਬੋਰਡ ਵੀ ਲਗਾਏ ਹੋਏ ਆ, ਅਸੀਂ ਵੀ ਲੋਕਾਂ ਨੂੰ ਗਾਈਡ ਕਰ ਰਹੇ ਹਾਂ ਵੀ ਇੱਧਰੋਂ ਬੰਨ ਵੇ ਆ ਜੀ, ਘੁੰਮ ਕੇ ਆਓ ਉੱਧਰੋਂ ਫੌਜੀ ਚੌਕ ਵੱਲੋਂ। ਉਸ ਤੋਂ ਬਾਅਦ ਸਵੇਰੇ ਇੱਕ ਆਦਮੀ ਆਇਆ ਜਿਹਦੇ ਇੱਕ ਟੀ ਸ਼ਰਟ ਕੈਪਰੀ ਪਾਈ ਹੋਈ ਸੀ, ਮੈਂ ਉਹਨਾਂ ਨੂੰ ਵੀ ਰੋਕਿਆ, ਐਕਟਿਵਾ ਤੇ ਸਵਾਰ ਸਨ, ਵੀ ਸਰ ਇੱਧਰੋਂ ਬੰਨ ਵੇ ਆ। ਉਹ ਕਹਿੰਦੇ ਤੂੰ ਮੈਨੂੰ ਨਹੀਂ ਜਾਣਦਾ, ਮੈਂ ਕੌਣ ਆ? ਮੈਂ ਕਿਹਾ ਸਰ ਮੈਂ ਤੁਹਾਨੂੰ ਨਹੀਂ ਜਾਣਦਾ ਜੀ। ਉਹਨੇ ਮੈਨੂੰ ਗਾਲੀ ਗਲੋਚ ਵੀ ਕੀਤਾ, ਮੇਰੇ ਧੱਕਾ ਮੁੱਕੇ ਵੀ ਕੀਤੇ, ਕੁੱਟਮਾਰ ਵੀ ਕੀਤੀ ਜੀ। ਦੂਜੇ ਪਾਸੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਗਈ ਹੈ। ਇੱਕ ਪਾਸੇ ਜਿੱਥੇ ਪੁਲਿਸ ਕਾਰਵਾਈ ਦੀ ਗੱਲ ਕਹਿ ਰਹੀ ਹੈ, ਉੱਥੇ ਹੀ ਦੂਜੇ ਪਾਸੇ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਇਨਸਾਫ ਨਾ ਮਿਲਣ ਤੇ ਧਰਨੇ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦਿੱਤੀ ਹੈ। ਆਉਣ ਵਾਲੇ ਦਿਨਾਂ 'ਚ ਇਹ ਵਿਵਾਦ ਕੀ ਮੋੜ ਲੈਂਦਾ ਹੈ ਇਹ ਵੇਖਣਾ ਬਾਕੀ ਹੈ। ਯੂ ਆਰ ਵਾਚਿੰਗ NC7 ਨਿਊਜ਼ ਹਰ ਖਬਰ ਤੇ ਨਜ਼ਰ।